ਤੇਰੀਆਂ ਮੁਹੱਬਤਾਂ ਨੇ ਮਾਰੀ ਦਿੱਤਾ ਹੋ, ਤੇਰੀਆਂ ਮੁਹੱਬਤਾਂ ਨੇ ਮਾਰੀ ਦਿੱਤਾ ਹੋ, ਦਿਲ ਡੁਈ ਲਾਇਆ ਕੈ ਕਸੂਰ ਕੀਤਾ। ਸ਼ਿਬੂਆ, ਓ ਸ਼ਿਬੂ, ਸ਼ਿਬੂਆ, ਉਹ ਕਿੱਥੇ ਹੋ ਚਲੀ ਆ ਜਾਗਤ ਮੇਰੀ? ਗਾਣੇ ਕਦੋਂ ਲੱਗੇ? ਉਹ ਤੂੰ ਇੱਥੋਂ ਬੈਠਿਆ, ਮੈਂ ਤੇ ਜੋ ਅੱਖਾਂ ਬਾਹਰ ਰਹਿਣੀਆਂ ਨਹੀਂ ਸੁਣਾਉ ਦੇਣੀ, ਕੰਨਾਂ ਤੇ ਕੱਚਾ ਹੋਈ ਗਿਆ। ਉਹ ਦਾਦੂ ਤੰਗ ਮਤ ਕਰਾਂ, ਮੈਂ ਬੜਾ ਦੁਖੀ ਇਸ ਵਕਤ, ਨਹੀਂ ਤੇ ਕੋਈ ਗੱਲ ਗੁੱਲ ਮਤ ਕਰਾਂ। ਉਹ ਹੋਇਆ ਕਿਆ, ਇਹ ਤਾਂ ਦੱਸ, ਮੇਰੇ ਸਿਵਾਏ ਕੁੰਨੀ ਕੱਤਾ ਤੂੰ ਪਰੇਸ਼ਾਨ, ਕੁੰਨੀ ਕੱਤਾ ਤੰਗ। ਉਹ ਦਾਦੂ ਥੋੜ੍ਹਾ ਜਿਹਾ ਨਹੀਂ ਆਉਣੀ ਯਾਰ, ਸਮਝ, ਤੂੰ ਦਾ ਟਾਈਮ ਠੀਕ ਤਾ, ਲੋਕ ਜਵਾਨੀ ਤੇ ਪੱਕੇ ਹੁੰਦੇ ਤੇ, ਅੱਜ ਕੱਲ੍ਹ ਕੋਈ ਜਵਾਨੀ ਤਾਂ ਪੱਕਾ ਨਹੀਂ ਰਿਹਾ। ਉਹ ਹੋਇਆ ਕਿਆ, ਪਹਿਲੇ ਦੱਸਗਾ ਵੀ, ਉਹ ਬੋਲੇ ਨਾ ਨਹੀਂ ਆਉਣੀ ਥੋੜ੍ਹਾ ਜਿਹਾ ਸਮਝ, ਨਹੀਂ ਆਉਣੀ ਨਵੀਂ ਜੇ ਸਮਝ, ਜਾ ਡਾਂਗਰੇ ਪਾਣੀ ਪਿਆ ਬੁੰਝ ਜਾਏ ਕਰੀ, ਵਿਹਲਾ ਪਿਆ ਇੱਥੋਂ। ਦਾਦੂ ਤੂੰ ਪੁਰਾਣੇ ਜ਼ਮਾਨੇ ਦਾ ਨਾ, ਤੂੰ ਮੇਰੀ ਫੀਲਿੰਗ ਨਹੀਂ ਸਮਝ ਸਕਦਾ। ਦਾਦੂ ਤੂੰ ਮੇਰੀ ਫੀਲਿੰਗ ਨਹੀਂ ਸਮਝੀ ਸਕਦਾ, ਤੂੰ ਬੜਾ ਬੁਰਾ ਦਾਦੂ, ਤੂੰ ਬੜਾ ਬੁਰਾ, ਫਿਰ ਵੀ ਆਈ ਲਵ ਯੂ, ਚੱਲਾ ਮੈਂ। ਅੱਛਾ ਚੱਲ ਨਿਕਲ। ਬਿੰਦੋ ਗੱਲ ਸੁਣ, ਤੁਦ ਉਹ ਨਹੀਂ, ਤੂੰ ਵੀ ਤਾਂ ਕੁੜੀ ਹੈ, ਸਾਰੀਆਂ ਕੁੜੀਆਂ ਇੱਕੋ ਜਿਹੀਆਂ ਹੋਣੀਆਂ। ਓਏ ਸ਼ੇਰ ਖਾਨ, ਤੂੰ ਰਹਿਣਾ ਦੇ ਮਿੱਤਰ, ਤੇਰੇ ਬਸੇ ਦੀ ਗੱਲ ਬਾਹਰ ਹੈ। ਇਹ ਆਪਣਾ ਬਾਪ ਨੰਦੂ, ਨੰਦੂ ਗੱਲ ਸੁਣ, ਤੂੰ ਨਾ ਤੁਸੀਂ ਬਗਾਨੀ ਕੁੜੀ ਨੇ ਦਿਲ ਮਤ ਲਾਉਂਦਾ ਪਾਓ, ਕਹੋ ਉਹ ਤੇਰਾ ਵੱਡਾ ਬਾਊ ਬੋਲੀ ਦਾ ਬੜਾ ਭਾਰੀ ਦੁੱਖ ਹੁੰਦਾ, ਪਰ ਤੇਰੀ ਜਾਨੀ ਛੱਡੀ ਜਾਂਦੀ ਹੈ। ਕਿਆ ਬੋਲਿਆ, ਪਿਆਰ ਕਿਆ ਚੀਜ਼ ਹੈ ਮੇਰੇ ਭਾਈ, ਸੁਣ, ਪਿਆਰ ਸਹਿ ਚੀਜ਼ ਹੈ ਨਾ, ਜਿਹੜੀ ਵੱਡੇ ਵੱਡੇ ਸੁਰਮਿਆਂ ਜੋ ਓਡਿਆਂ ਪਰ ਲਈ ਆਉਂਦਾ, ਜਿਸੇ ਮਿਲੀ ਆ ਸਹਿ ਰਾਜਾ ਤੂੰ ਮਤ ਮਾਰੇ, ਜਿਸੇ ਨਹੀਂ ਮਿਲਿਆ ਸਹਿ ਰੰਗ ਕੋਈ ਆਉਂਦਾ। ਮੈਂ ਪੀ ਕਰੀ ਪਿਆ ਯਾਰ ਭਾਈ, ਕਿਉਂਕਿ ਕੱਲ ਤੱਕ ਮੈਂ ਵੀ ਰਾਜਾ ਤਾ, ਪਰ ਕੱਲ ਰਾਤੀ ਇੱਕ ਮੈਸੇਜ, ਸਿਰਫ ਇੱਕ ਮੈਸੇਜ, ਮੈਂ ਬ੍ਰੇਕਅਪ ਕਰਨਾ, ਤਿੰਨੀ ਮੈਂ ਰਾਜੇ ਤੇ ਰੰਗ ਬਣਾਈ ਤਾ, ਤਾਂ ਹੀ ਜੋ ਬੋਲਦਾ ਕਿ ਤੁਸੀਂ ਬੱਚੀ ਨੇ ਦਿਲ ਮਤ ਲਾਉਂਦਾ। ਕਿਆ ਬੋਲਾ, ਤਾਂ ਦਿਲ ਲਾ ਲਿਆ ਬਾਈ, ਗਲਤੀ ਕਰੀ ਤੀ ਤੂੰ ਗਾਂਧੀ ਤੱਕ, ਤਿੰਨਾ ਮਹੀਨੇ ਦਾ ਮਿਆ, ਤੇਰੀ ਅਲੀ ਖੇਡਣ ਦੀ ਉਮਰ ਹੈ, ਪੜ੍ਹਨੇ ਦੀ ਉਮਰ ਹੈ, ਦਿਲ ਲਾ ਲਈ ਜਵਾਨੇ। ਠੀਕ ਹੈ ਮੇਰੇ ਭਾਈ, ਮੈਂ ਸੋ ਜਾਂਦਾ, ਸੋ ਜਾਂਦਾ।
ਦਾਦੂ ਅੱਜ ਇਤਨੀ ਜਲਦੀ ਉੱਠ ਗਿਆ ਉੱਥੋਂ? ਉਹ ਉੱਠਦਾ ਤਾਂ ਤਾਂ ਜੇ ਸਾਰੀ ਰਾਤ ਸੁੱਤਾ ਹੁੰਦਾ ਤਾ, ਤੇਰੇ ਚੱਕਰੇ ਚ ਸਾਰੀ ਰਾਤ ਨੀ ਸੁੱਤੇ ਮੈਂ। ਹੁਣੇ ਦੱਸ ਮਿੰਜੋ, ਸਾਰੀ ਰਾਤ ਤੂੰ ਜਿਮੀ ਜਿਮੀ ਡਰਦਾ ਰਿਹਾ, ਇਹ ਹੈ ਕੌਣ ਜਿਮੀ? ਉਸ ਜਿਮੀ ਨੀ ਸਿਮੀ ਤਾਂ ਸਿਮੀ, ਪਰ ਮਿੰਜੋ ਤਾਂ ਜਿਮੀ ਸੁਣਾਉਂਦਾ ਰਿਹਾ। ਉਸ ਰਾਤੀ ਮੈਂ ਜ਼ਿਆਦਾ ਪੀ ਲਈ ਸੀ ਤਾਂ ਜ਼ਬਾਨ ਤਾਂ ਥੜੋਈ ਦੀ ਹੋਣੀ, ਪਰ ਸਿਮੀ ਤਾਂ। ਅੱਛਾ ਤੂੰ ਹੁਣੇ ਦੱਸ, ਇਹ ਸਿਮੀ ਕੌਣ ਹੈ? ਰਹਿਣ ਦੇ ਦਾਦੂ, ਇੱਥੋਂ ਦੀ ਸਮਝ ਨਹੀਂ ਹੋਣੀ ਗੱਲ। ਉੱਥੋਂ ਮੈਂ ਬੇਵਕੂਫ ਸਮਝਿਆ ਕਿਆ? ਨਾ ਨਹੀਂ ਸਮਝਿਆ, ਰਾਤੀ ਮੈਂ ਡੰਗਰਿਆਂ ਦੇ ਪਿੱਛੇ ਧੰਦੇ ਤੋਂ ਚੁੱਕੀ ਕਰੀ, ਦੋ ਵਾਰੀ ਤਾਂ ਗਾਂ ਹੀ ਮੁਤਰਿਆ, ਤੂੰ ਕਿਸੇ ਵੀ ਸਰਾਬ ਸਮਝ ਕੇ ਪੀ ਗਿਆ। ਉੱਥੋਂ ਤੇ ਮੈਂ ਚੁੱਕੀ ਕਿ ਤੂੰ ਇੱਥੋਂ ਪਜਾਇਆ, ਇਸ ਰੂਮ ਮੈਂ ਅੱਜ ਦਿੱਖ ਕਰ, ਮੈਂ ਬੇਵਕੂਫ ਹੈ ਜਿਹੜੀ ਤੇਰੀ ਗੱਲ ਨਹੀਂ ਸਮਝਗਾ। ਦੱਸ ਕੀ ਹੋਇਆ ਸਰ, ਕਥਾ ਮੈਂ ਅੱਜ ਤੂੰ ਕਰਨੇ ਨੇ ਮਾਰੀ ਜਾਣਾ। ਕਹਾਣੀ ਤਾਂ ਪੂਰੀ ਸੁਣਾਈ ਤੀ, ਪਰ ਦੁਖੀ ਕਰੇ ਹੋਏ ਵੀ ਤਾਂ ਦੱਸ। ਕਿਉਂਕਿ ਤਿੰਨੇ ਮੈਸੇਜ ਭੇਜਿਆ, ਕਹਿੰਦੇ ਲਿਖਿਆ ਬੋਲੇ ਮੈਂ ਬ੍ਰੇਕਅਪ ਕਰਨਾ। ਤਿੰਨੇ ਮੈਸੇਜ ਕੱਤਾ ਕਰੇ ਤੁਹਾਨੂੰ ਮੰਨ ਨਹੀਂ ਲਿਆ? ਆ ਤਾਂ ਹੋਰ ਕਿਆ ਕਰਨਾ, ਉਹ ਫਿੱਟੇ ਨੇ ਮੂੰਹ ਤੁਹਾਂ ਦੇ ਸੁਣੋ ਇਹ ਜ਼ਮਾਨੇ ਦਾ ਰਾਹ, ਫੋਨਾਂ 'ਚ ਚਾਰ ਅੱਖਰਾਂ ਲਿਖੀ ਕਿ ਤੁਹਾਂ ਰਿਸ਼ਤੇ ਦੇ ਪੌਦੇ ਖਤਮ ਕਰਨਾ। ਤੂੰ ਤੇ ਸੋ ਫੋਨ ਕਰ ਕਹਿੰਦੇ ਪੁੱਛ ਹੋਇਆ ਕਿਆ, ਕਿਆ ਪਤਾ ਮੈਸੇਜ ਕੁਛ ਕੀ ਹੋਰ ਸੀ ਕੱਤੇ ਆਉਂਗਾ। ਦਾਦੂ ਤੀਸਾ ਦਾ ਫੋਨ ਹੈ, ਰੁੱਕ। ਹੈਲੋ, ਸਰ ਮੈਸੇਜ ਕੋਈ ਕਿੱਥੇ ਹੈ ਸਰ? ਦਾਦੂ ਆਈ ਲਵ ਯੂ। ਆ ਮੇਰਾ ਬੱਚਾ।